ਰਾਜਾ ਜੀ ਨੇ ਟੀ ਸ਼ਰਟ ਪਾਈ ਹੋਈ ਆ, ਮਾਂ ਤੁਝੇ ਸਲਾਮ। ਇੰਦਰਾ ਗਾਂਧੀ ਜੀ ਇਹਨਾਂ ਦੇ ਮਾਤਾ ਜੀ, ਜਿਨ੍ਹਾਂ ਨੇ ਪੰਜਾਬ ਦੇ ਨਾਲ, ਪੰਜਾਬ ਦੇ ਸਭ ਤੋਂ ਵੱਡੇ ਸਾਡੇ ਗੁਰਦੁਆਰਾ ਸਾਹਿਬ, ਉੱਥੇ ਤੋਪਾਂ ਨਾਲ, ਗੋਲੀਆਂ ਨਾਲ ਇਹਨਾਂ ਨੇ ਹਮਲਾ ਕੀਤਾ ਸੀ। ਤੁਸੀਂ ਚੁਣੌਤੀ ਦਿੱਤੀ ਸੀਗੀ, ਉਹ ਐਂਟਰੀ ਉਹਨਾਂ ਨੇ ਕਰ ਲਈ? ਨਹੀਂ, ਮੈਂ ਤਾਂ ਉਹਨਾਂ ਨੂੰ ਕੋਈ ਚੁਣੌਤੀ ਨਹੀਂ ਦਿੱਤੀ, ਪਰ ਲੇਟ ਹੋ ਗਏ ਆਉਂਦੇ ਆਉਂਦੇ। ਜੋ ਇਹਨਾਂ ਨੇ ਚੋਰ ਬਜ਼ਾਰੀਆਂ ਕੀਤੀਆਂ ਏ, ਇਹਨਾਂ ਨੂੰ ਲੁਧਿਆਣੇ 'ਚ ਘਰ ਮਿਲਣਾ ਵੀ ਬੜਾ ਔਖਾ ਹੈ। ਕੋਈ ਐਗਰੀਮੈਂਟ ਕਰਕੇ ਦਊਗਾ ਪੱਕਾ, ਤਾਂ ਇਹਨਾਂ ਨੂੰ ਘਰ ਮਿਲ ਸਕਦਾ, ਨਹੀਂ ਤਾਂ ਲੁਧਿਆਣੇ ਵਾਲਿਆਂ ਨੇ ਕਿਸੇ ਨੇ ਘਰ ਨਹੀਂ ਦੇਣਾ। ਕਿਉਂਕਿ ਅੱਗੇ ਵੀ ਇਹਨਾਂ ਦਾ ਇਹ ਰਿਹਾ ਵੀ ਇਹ ਪੈਸੇ ਪੂਸੇ ਦਿੰਦੇ ਨੀ ਗੇ ਕਈ ਚੀਜ਼ਾਂ ਦੇ, ਤੇ ਹੁਣ ਕੋਠੀ ਜਿਹੜਾ ਉਹ ਵੀ ਗੱਲ ਮੈਂ ਸੁਣ ਰਿਹਾ ਵੀ ਕਈ ਨਹੀਂ ਦੇ ਰਹੇ, ਕਿਉਂਕਿ ਆਦਤ ਇਹ ਪਈ ਹੋਈ ਆ। ਕਹਿੰਦੇ ਕਾਂਗਰਸ ਨਾਲ ਗੱਦਾਰੀ ਕੀਤੀ ਹੈ, ਲੜਾਈ ਜਿਹੜੀ ਹੈ ਉਹ ਗੱਦਾਰੀ ਨੂੰ ਸਬਕ ਸਿਖਾਉਂਦੀ ਹੈ। ਦੇਖੋ ਮੈਂ ਤਾਂ ਆਹ ਤਸਵੀਰ ਦਿਖਾ ਦਿੰਦਾ ਮੈਂ ਵੀ ਇਹ ਉਦਣ ਦੀ ਉਹ ਘੁੰਮ ਰਹੀ ਆ, ਆ ਪੜ੍ਹ ਲਓ ਵੀ ਇਹ ਕੈਮਰੇ ਤੋਂ ਨੇੜੇ ਕਰਕੇ, ਇਹ ਰਾਜਾ ਜੀ ਨੇ ਟੀ ਸ਼ਰਟ ਪਾਈ ਹੋਈ ਆ, ਮਾਂ ਤੁਝੇ ਸਲਾਮ। ਇੰਦਰਾ ਗਾਂਧੀ ਜੀ ਇਹਨਾਂ ਦੇ ਮਾਤਾ ਜੀ, ਜਿਨ੍ਹਾਂ ਨੇ ਪੰਜਾਬ ਦੇ ਨਾਲ, ਪੰਜਾਬ ਦੇ ਸਭ ਤੋਂ ਵੱਡੇ ਸਾਡੇ ਗੁਰਦੁਆਰਾ ਸਾਹਿਬ, ਉੱਥੇ ਤੋਪਾਂ ਨਾਲ, ਗੋਲੀਆਂ ਨਾਲ ਇਹਨਾਂ ਨੇ ਹਮਲਾ ਕੀਤਾ ਸੀ। ਮੈਂ ਮੰਨਿਆ ਮੈਂ ਵੀ ਕਾਂਗਰਸ 'ਚ ਹਾਂ, 10-15 ਸਾਲ ਰਿਹਾ ਉਸ ਵੇਲੇ ਜਿੱਦਾਂ ਇਹ ਟੀ ਸ਼ਰਟ ਪਾਈ ਸੀ ਇਹਨਾਂ ਨੇ। ਮੈਨੂੰ ਵੀ ਕਹਿੰਦੇ ਸੀ ਵੀ ਟੀ ਸ਼ਰਟ ਪਾਓ ਯੂਥ ਜਦੋਂ ਅਸੀਂ ਇਕੱਠੇ ਸੀ, ਪਰ ਮੈਂ ਕਿਹਾ ਕੁਛ ਕਰ ਲਓ, ਇਹ ਪਾ ਜਿਹੜੀ ਮਾਂ ਹੈ, ਮਾਂ ਤੁਝੇ ਸਲਾਮ, ਮੈਂ ਮਾਂ ਨਹੀਂ ਕਹਿ ਸਕਦਾ ਜਿਹਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀ ਵਿੱਚੋਂ ਮਾਰੀ ਹੋਵੇ, ਤੇ ਸਾਡੇ ਦੰਗੇ ਕੀਤੇ ਹੋਣ ਉਸ ਵੇਲੇ, ਸਾਡੇ ਸਿੱਖ ਪੰਜਾਬੀ ਲੱਭ ਲੱਭ ਕੋਹ ਕੋਹ ਮਾਰੇ ਹੋਣ ਸਾਰੇ ਦੇਸ਼ ਦੇ ਵਿੱਚ, ਤੇ ਅੱਜ ਤੱਕ ਉਹ ਲੋਕੀ ਭੁੱਲ ਜਾਣਗੇ ਇਹ ਗੱਲਾਂ, ਤੇ ਇਹ ਰਾਜਾ ਬੜਿੰਗ ਸਾਹਿਬ ਉਹਨਾਂ ਨੂੰ ਆਪਣੀ ਮਾਂ ਟੀ ਸ਼ਰਟ ਪਾ ਕੇ, ਇਹੀ ਤਾਂ ਮੇਰਾ ਰਾਹੁਲ ਗਾਂਧੀ ਨਾਲ ਹੁਣ ਮੈਂ ਅੱਜ ਤੁਸੀਂ ਗੱਲਾਂ ਇਹ ਕਰਦੇ ਕਰਦੇ ਪਹੁੰਚ ਗਏ, ਉਦਣ ਤੋਂ ਹੀ ਮੇਰੇ ਨਾਲ ਵਿਗੜ ਗਏ।